ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਏ ਹਾਂ ਜਲੰਧਰ ਦੇ ਵਾਰਡ ਨੰਬਰ 64 ਦੇ ਵਿੱਚ, ਜਿੱਥੇ ਦੇ ਕੌਂਸਲਰ ਸਾਡੇ ਨਾਲ ਨੇ। ਕਾਂਗਰਸ ਪਾਰਟੀ ਤੋਂ ਜਿੱਤੇ ਹੋਏ ਕੌਂਸਲਰ ਨੇ ਸ਼੍ਰੀ ਸੁਸ਼ੀਲ ਜੀ, ਜਿਹੜਾ ਨੂੰ ਵਿੱਕੀ ਕਾਲੀਆ ਦੇ ਨਾਮ ਤੋਂ ਅਸੀਂ ਸਾਰੇ ਜਾਣਦੇ ਹਾਂ। ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ, ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਦਾਅਵਿਆਂ ਦੀ, ਜੇ ਸੁਸ਼ੀਲ ਰਿੰਕੂ ਜੀ ਨਾਲ, ਸੁਸ਼ੀਲ ਵਿੱਕੀ ਕਾਲੀਆ ਜੀ ਨਾਲ ਆਪਾਂ ਗੱਲ ਕਰਾਂਗੇ ਕਿ ਜੇ ਆਪਾਂ ਪ੍ਰਸ਼ਾਸਨ ਦੇ ਦਾਅਵਿਆਂ ਦੀ ਗੱਲ ਕਰਦੇ ਹਾਂ ਤਾਂ ਕਿੰਨੇ ਕੁ ਖਰੇ ਉਤਰਦੇ ਨੇ ਪ੍ਰਸ਼ਾਸਨ ਦੇ ਦਾਅਵੇ ਗਰਾਊਂਡ ਲੈਵਲ ਦੇ ਉੱਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਕਿਹੜਾ ਵਾਰਡ ਹੈ ਤੁਹਾਡਾ ਔਰ ਕਿਹੜੀ ਪਾਰਟੀ ਨਾਲ ਤੁਸੀਂ ਸੰਬੰਧ ਰੱਖਦੇ ਹੋ? ਮੇਰਾ ਵਾਰਡ ਨੰਬਰ 64 ਹੈ ਜੀ। ਮੈਂ ਇੰਟਰਨੈਸ਼ਨਲ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦਾ, ਸੁਸ਼ੀਲ ਕਾਲੀਆ। ਪਹਿਲਾਂ ਤਾਂ ਮੈਂ ਪੰਜਾਬ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਅਤੇ ਤੁਸੀਂ ਕੁਐਸਚਨ ਕਿਹੜਾ ਕਰ ਰਹੇ ਸੀ ਤੁਸੀਂ? ਸਰ ਸਾਡੇ ਛੋਟੇ ਛੋਟੇ ਸਵਾਲ ਨੇ ਸਿਰਫ ਲੋਕਾਂ ਨੂੰ ਲੈ ਕੇ। ਪਹਿਲੀ ਗੱਲ ਤਾਂ ਇਹ ਕਿ ਅਸੀਂ ਤੁਹਾਡੀ ਚੰਗੀ ਸਿਹਤ ਦੀ ਸ਼ੁਭਕਾਮਨਾਵਾਂ ਤੁਹਾਨੂੰ ਦਿੰਦੇ ਹਾਂ ਕਿ ਇੱਕ ਪੋਜ਼ਿਟਿਵ ਕੇਸ ਜਿਹੜਾ ਸੀ ਉਹ ਨੌਰਥ ਹਲਕੇ ਦੇ ਵਿੱਚੋਂ ਦੇਖਣ ਨੂੰ ਮਿਲਿਆ ਸੀ ਪ੍ਰਵੀਨ ਕੁਮਾਰ ਜੀ ਦਾ, ਅਤੇ ਉਹਨੂੰ ਚੱਲਦੇ ਹੋਏ ਵਿੱਕੀ ਜੀ ਨੂੰ, ਵਿੱਕੀ ਕਾਲੀਆ ਜੀ ਨੂੰ ਜਿਹੜਾ ਕਿ ਕੁਆਰੰਟਾਈਨ ਕਰ ਦਿੱਤਾ ਗਿਆ ਸੀ ਘਰ ਦੇ ਵਿੱਚ। ਪਰਮਾਤਮਾ ਦਾ ਸ਼ੁਕਰ ਹੈ ਇਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਨੈਗੇਟਿਵ ਆਈ ਸੀ ਸਰ। ਪਹਿਲਾਂ ਤਾਂ ਅਸੀਂ ਉਹ ਐਕਸਪੀਰੀਅੰਸ ਤੁਹਾਡੇ ਨਾਲ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਕਿ ਉਹ ਕੈਸਾ ਐਕਸਪੀਰੀਅੰਸ ਸੀ ਜਦੋਂ ਤੁਹਾਨੂੰ ਕੁਆਰੰਟਾਈਨ ਕੀਤਾ ਗਿਆ ਸੀ, ਕਿੱਦਾਂ ਦਾ ਮਾਹੌਲ ਘਰ ਦੇ ਵਿੱਚ ਜਾਂ ਲਾਗੇ ਛਾਗੇ ਦੇ ਇਲਾਕਿਆਂ ਦਾ ਸੀ, ਜਾਂ ਕੋਈ ਦਹਿਸ਼ਤ ਦਾ ਮਾਹੌਲ ਇਲਾਕੇ ਦੇ ਵਿੱਚ ਕਿੱਦਾਂ ਬਣ ਗਿਆ ਸੀ? ਕਿੱਦਾਂ ਹੈ ਬਦਰ, ਜਦੋਂ ਅਸੀਂ ਵਰਕ ਕਰਦੇ ਹਾਂ ਵਾਰਡ ਦੇ ਵਿੱਚ, ਸਾਡੀ ਇੱਕ ਮੀਟਿੰਗ ਹੋਈ ਸੀ MLA ਸਾਹਿਬ ਨਾਲ। ਉਸ ਮੀਟਿੰਗ ਦੇ ਵਿੱਚ ਪ੍ਰਵੀਨ ਕੁਮਾਰ ਦੇ ਬੇਟੇ ਦੀਪਕ ਸ਼ਰਮਾ ਜੀ ਸਾਡੇ ਨਾਲ ਸੀਗੇ ਜੀ। ਇੱਕ ਉਹ ਫੋਟੋ ਵਾਇਰਲ ਹੋਈ ਸੀ, ਫੋਟੋ ਵਾਇਰਲ ਹੋਣ ਤੋਂ ਬਾਅਦ ਉਸ ਤੋਂ ਬਾਅਦ ਸਿਸਟਮ ਬਣ ਗਿਆ ਕਿ ਅਸੀਂ ਕੁਆਰੰਟਾਈਨ ਹੋ ਗਏ। 8 ਤਰੀਕ ਨੂੰ ਮੇਰੇ ਤਾਂ ਮਿਲੀ ਹੈ ਜੀ ਕੁਆਰੰਟਾਈਨ, ਬਟ ਅਸੀਂ ਕੁਆਰੰਟਾਈਨ ਦੇ ਬਾਵਜੂਦ ਵੀ ਘਰ 'ਚ ਬਹਿ ਕੇ ਆਪਣੇ ਪਰਿਵਾਰ ਦੀ ਸੇਵਾ ਕਰਦੇ ਹਾਂ, ਕਿਉਂਕਿ ਸਾਡਾ ਇੱਕ ਫਰਜ਼ ਬਣਦਾ, ਸਾਡੀ ਇੱਕ ਡਿਊਟੀ ਬਣਦੀ ਹੈ ਕਿ ਪਰਿਵਾਰ ਦੀ ਕੋਈ ਵੀ ਦਿੱਕਤ ਆਵੇ ਅਸੀਂ ਉੱਥੇ ਫਰੰਟ 'ਤੇ ਖੜੇ ਹੋਈਏ। ਅਸੀਂ ਕੋਈ ਆਸਾਨ ਨਹੀਂ ਕਰਨਾ ਕਿਉਂਕਿ ਉਹਨਾਂ ਦੀ ਦਿੱਤੀ ਡਿਊਟੀ ਆ ਰਹੇ ਹਾਂ। ਸੈਕਿੰਡ ਆਫ ਆਲ ਜਿਹੜਾ ਤੁਸੀਂ ਐਕਸਪੀਰੀਅੰਸ ਦੀ ਗੱਲ ਕੀਤੀ, ਘਰ 'ਚ ਬਹਿ ਕੇ, ਘਰ 'ਚ ਬਹਿ ਕੇ ਪਰਿਵਾਰ ਨਾਲ ਬੰਦਾ ਦਿੰਦਾ ਹੈ, ਬਾਕੀ ਆਲੇ ਦੁਆਲੇ ਇੱਕ ਇਹੋ ਜਿਹਾ ਡਰ ਦਾ ਮਾਹੌਲ ਬਣਿਆ ਹੋਇਆ। ਬਾਕੀ ਇਹ ਵੀ ਪ੍ਰੋਬਲਮ ਕੋਈ ਇੱਡੀ ਵੱਡੀ ਨਹੀਂ। ਸਭ ਤੋਂ ਪਹਿਲਾਂ ਤਾਂ ਮੈਂ ਪਰਿਵਾਰਾਂ ਨੂੰ ਇੱਕ ਅਪੀਲ ਕਰਨਾ ਵੀ ਚਾਹੂੰਗਾ ਕਿ ਆਪਾਂ ਆਪਣੇ ਘਰ 'ਚ ਰਹਿ ਕੇ ਆਪਾਂ ਆਪਣੇ ਨਾਲ ਸੇਫ ਕਰੀਏ, ਪਰ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਸਾਥ ਦਈਏ, ਕਿਉਂਕਿ ਪ੍ਰਸ਼ਾਸਨ ਵੀ ਇਕੱਲਾ ਕੁਛ ਨਹੀਂ ਕਰ ਸਕਦਾ ਜੇ ਅਸੀਂ ਨਹੀਂ ਹੈਲਪ ਕਰਾਂਗੇ। ਅਸੀਂ ਆਪਣੀ ਹੈਲਪ ਕਰਨੀ ਆ, ਪ੍ਰਸ਼ਾਸਨ ਦੀ ਹੈਲਪ ਤਾਂ ਬਾਅਦ 'ਚ ਹੋਣੀ ਜੀ। ਅਸੀਂ ਪਹਿਲਾਂ ਆਪਣੀ ਹੈਲਪ ਕਰ ਲਈਏ, ਆਪਣੀ ਹੈਲਪ ਦੇ ਨਾਲ ਨਾਲ ਅਸੀਂ ਪ੍ਰਸ਼ਾਸਨ ਦੀ ਹੈਲਪ ਕਰੀਏ, ਆਪਣਾ ਸ਼ਹਿਰ ਵੀ ਸਾਡਾ ਸਾਫ਼ ਸੁਥਰਾ ਹੋਏਗਾ ਔਰ ਵਧੀਆ ਮਾਹੌਲ ਹੋਏਗਾ, ਔਰ ਅਸੀਂ ਜੇ ਤੰਦਰੁਸਤ ਹੋਵਾਂਗੇ ਤਾਂ ਸਾਡਾ ਸ਼ਹਿਰ ਵੀ ਤੰਦਰੁਸਤ ਹੋਏਗਾ ਜੀ। ਇੱਕ ਬਹੁਤ ਅੱਛੀ ਗੱਲ ਹੈ, ਬਹੁਤ ਅੱਛਾ ਮੈਸੇਜ ਜਿਹੜਾ ਹੈ ਕਾਲੀਆ ਜੀ ਨੇ ਸਾਨੂੰ ਦਿੱਤਾ ਹੈ ਕਿ ਆਪਣੇ ਘਰਾਂ ਦੇ ਵਿੱਚ ਕੁਆਰੰਟਾਈਨ ਰਹੋ। ਜਿਹੜੇ ਹਿਦਾਇਤਾਂ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਉਹਨੂੰ ਜ਼ਰੂਰ ਮੰਨੋ, ਕਿਉਂਕਿ ਇੱਕ ਐਕਸਪੀਰੀਅੰਸ ਕਰ ਚੁੱਕੇ ਨੇ 14 ਦਿਨ ਦਾ ਜਿਹੜਾ ਕੁਆਰੰਟਾਈਨ ਜਿਹੜਾ ਟਾਈਮ ਸੀਗਾ ਉਹ ਕਾਲੀਆ ਜੀ ਆਪਣੇ ਘਰ ਦੇ ਵਿੱਚ ਕਰ ਚੁੱਕੇ ਨੇ। ਲਾਗੇ ਛਾਗੇ ਜ਼ਰੂਰ ਦਹਿਸ਼ਤ ਦਾ ਮਾਹੌਲ ਬਣ ਜਾਂਦਾ, ਪਰ ਜਦੋਂ ਨੈਗੇਟਿਵ ਰਿਪੋਰਟ ਆਈ ਸੀ ਇਹਨਾਂ ਦੀ, ਕਰੋਨਾ ਪੋਜ਼ਿਟਿਵ ਨਹੀਂ ਆਏ ਸੀ, ਨੈਗੇਟਿਵ ਆ ਗਈ ਸੀ, ਤਾਂ ਮਾਹੌਲ ਜਿਹੜਾ ਬਿਲਕੁਲ ਸ਼ਾਂਤ ਹੋ ਗਿਆ, ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਕੋਈ ਡਰਨ ਵਾਲੀ ਜ਼ਰੂਰਤ ਨਹੀਂ ਹੈ। ਸੋ ਅਸੀਂ ਅੱਜ ਗੱਲ ਕਰਦੇ ਹਾਂ ਤੁਹਾਡੇ ਵਾਰਡ ਦੀ। ਜਿੱਦਾਂ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਹਰ ਘਰ ਦੇ ਵਿੱਚ ਰਾਸ਼ਨ, ਹਰ ਘਰ ਦੇ ਵਿੱਚ ਦਾਲ ਹੈ, ਪ੍ਰਸ਼ਾਸਨ ਕਿੰਨਾ ਉਸ ਗੱਲ ਦੇ ਉੱਤੇ ਪੂਰਾ ਉਤਰ ਰਿਹਾ? ਪ੍ਰਸ਼ਾਸਨ ਵੱਧ ਤੋਂ ਵੱਧ ਹੈਲਪ ਕਰ ਰਿਹਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪ੍ਰਸ਼ਾਸਨ ਆਪਣਾ ਪੁਰਜ਼ੋਰ ਲਾ ਰਿਹਾ, ਪੂਰੀ ਮਿਹਨਤ ਹੋ ਰਹੀ ਹੈ, ਕਿਤੇ ਨਾ ਕਿਤੇ ਮਿਸਹੈਂਡਲਿੰਗ ਹੋ ਜਾਂਦੀ ਹੈ। ਜ਼ਰੂਰੀ ਨਹੀਂ ਕਿ ਆਪਾਂ ਹਰ ਚੀਜ਼ 100 ਦੇ 100 ਪੁਆਇੰਟ ਆ ਕਿਸੇ ਨੂੰ ਮਿਲ ਜਾਂਦੇ, ਪਰ ਆਪਾਂ ਉਸ ਚੀਜ਼ ਨੂੰ ਫੋਲੋ ਕਰਦੇ ਹੋਏ ਜੇ ਕਿਤੇ ਘੱਟ ਵੱਧ ਹੋਇਆ ਤਾਂ ਉਹਨੂੰ ਫੋਲੋ ਅਪ ਕਰ ਲਈਏ, ਉਸ ਚੀਜ਼ ਨੂੰ ਕਵਰ ਆ ਜਾਂਦਾ। ਜੇ ਆਪਾਂ ਉਹਦੀ ਇਸ ਟਾਈਮ ਕੰਟਰੋਵਰਸੀ ਦਾ ਨਹੀਂ ਹੈਗਾ, ਇਸ ਟਾਈਮ ਆਪਣਾ ਕੰਮ ਆ ਮਨ ਤੇ ਸੇਵਾ ਕਰਨਾ, ਮਨਦਰ ਸੇਵਾ ਆਪਾਂ ਤਦ ਹੀ ਕਰ ਸਕਦੇ ਹਾਂ ਜੇ ਆਪਾਂ ਇਕੱਠੇ ਇੱਕ ਮੰਚ 'ਤੇ ਹੋ ਕੇ ਕੰਮ ਕਰੀਏ ਜੀ। ਬਹੁਤ ਅੱਛੀ ਗੱਲ ਹੈ ਕਿ ਇਸ ਵੇਲੇ ਟਾਈਮ ਜਿਹੜਾ ਪੋਲੀਟਿਕਸ ਦਾ ਨਹੀਂ ਹੈ, ਇਸ ਵੇਲੇ ਟਾਈਮ ਜਿਹੜਾ ਇਨਸਾਨੀਅਤ ਦੇ ਨਾਤੇ ਕੰਮ ਕਰਨ ਦਾ, ਇਸ ਵੇਲੇ ਜਿਹੜੇ ਮੁੱਦੇ ਨੇ ਉਹ ਗਲੀਆਂ ਨਾਲੀਆਂ ਦੀ ਜਾਂ ਸਫਾਈ ਦਾ ਮੁੱਦਾ ਨਹੀਂ ਹੈ, ਇਸ ਵੇਲੇ ਮੁੱਦਾ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਸੇਵ ਕਰੋ, ਆਪਣੇ ਇਲਾਕੇ ਨੂੰ ਕਿੱਦਾਂ ਸੇਵ ਕਰਨਾ। ਇਸ ਵੇਲੇ ਪੰਜਾਬ ਨਿਊਜ਼ ਚੈਨਲ ਇਕੱਲੇ ਇਕੱਲੇ ਘਰ ਦੇ ਵਿੱਚ ਜਾਂ ਇਕੱਠਾ ਕਰਕੇ ਲੋਕਾਂ ਦੇ ਵਿੱਚ ਅਸੀਂ ਵਿਊਜ਼ ਨਹੀਂ ਲੈ ਸਕਦੇ, ਇਸ ਕਰਕੇ ਅਸੀਂ ਲੋਕਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਅਸੀਂ ਉਹਨਾਂ ਦੇ ਕੋਲ ਆਏ ਹਾਂ, ਉਹਨਾਂ ਦੇ ਇਲਾਕੇ ਦੀਆਂ ਜਿਹੜੀਆਂ ਦਿੱਕਤਾਂ ਨੇ। ਵੈਸੇ ਤਾਂ ਬਹੁਤ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ DC ਸਾਹਿਬ ਦੀਆਂ, ਤੁਸੀਂ ਵਿਊਜ਼ ਦੇਖ ਚੁੱਕੇ ਹੋ, ਬਹੁਤ ਅੱਛੇ ਤਰੀਕੇ ਦੇ ਨਾਲ ਕੰਮ ਕੀਤੇ ਜਾ ਰਹੇ ਨੇ। ਸਰ ਇੱਕ ਗੱਲ ਕਰਦੇ ਹਾਂ, ਇਸ ਵੇਲੇ ਸੋਸ਼ਲ ਮੀਡੀਆ ਜਿਹੜਾ ਸਭ ਤੋਂ ਵੱਡਾ ਪਲੇਟਫਾਰਮ ਮੰਨਿਆ ਜਾ ਰਿਹਾ, ਹਰ ਬੱਚਾ ਬਜ਼ੁਰਗ ਜਿਹੜਾ ਉਹ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ, ਉੱਥੇ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਚੁੱਕਿਆ ਜਾ ਰਿਹਾ ਕਿ ਗਰੀਬ ਬੰਦਾ ਜਿਹੜਾ ਉਹਨੂੰ ਪ੍ਰਸ਼ਾਸਨ ਹੈਲਪ ਕਰ ਰਿਹਾ, ਅਮੀਰ ਬੰਦਾ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਆਪਣੇ ਲਈ ਰਾਸ਼ਨ ਇਕੱਠਾ ਕਰ ਰਿਹਾ, ਪਰ ਮਿਡਲ ਕਲਾਸ ਬੰਦਾ
ਕਿੱਥੇ ਸਰਵਾਈਵ ਕਰਦਾ ਤੇ ਉਹਦੀ ਕਿਸ ਤਰ੍ਹਾਂ ਹੈਲਪ ਕੀਤੀ ਜਾ ਸਕਦੀ ਹੈ। ਬ੍ਰਦਰ ਦੈਟਸ ਜਿਹੜੇ ਕੁਐਸਚਨ ਪੁੱਛਿਆ ਬੜਾ ਵੈਲਿਊਬਲ ਕੁਐਸਚਨ ਹੈ। ਸਾਡਾ ਜਿਹੜਾ ਮੀਡੀਆ ਭਾਈਚਾਰਾ ਆ ਇਹ ਐਵੀ ਐਸਟੈਮਿਕ ਸੈਣਾ ਦਾ ਰੋਲ ਪਲੇ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਥਰੂ ਹੀ ਸਾਡੇ ਸਮਾਜ ਦੇ ਵਿੱਚ ਇੱਕ ਮੈਸੇਜ ਕਨਵੇ ਹੋ ਰਿਹਾ ਨੇ। ਸ਼ੁਕਰੀਆ। ਸਾਨੂੰ ਤੁਹਾਡੀ ਸਿਹਤ ਦੀ ਉਨੀ ਚਿੰਤਾ ਜਿੰਨੀ ਆਪਣੀ ਸਿਹਤ ਚਿੰਤਾ ਹੈ। ਸ਼ੁਕਰੀਆ। ਪ੍ਰਸ਼ਾਸਨ ਨੂੰ ਤੁਹਾਡੀ ਸਿਹਤ ਵਾਸਤੇ ਵੀ ਉਨੇ ਹੀ ਐਫਰਟ ਕਰਨੇ ਚਾਹੀਦੇ ਜਿੰਨੇ ਆਮ ਪਬਲਿਕ ਦੀ ਵਾਸਤੇ ਕਰਨੇ ਚਾਹੀਦੇ ਆ। ਔਰ ਸਾਡੇ ਡਾਕਟਰਸ, ਸਾਡੇ ਪੁਲਿਸ, ਇਹ ਵੀ ਇੱਕ ਸੈਨਾ ਹੈ, ਸਾਡੇ ਸਫਾਈ ਕਰਮਚਾਰੀ, ਸਾਡੇ ਜਿਹੜੇ ਗਾਰਬੇਜ ਲਿਫਟਰ ਵਾਲੇ ਹੈ ਨੇ, ਇਹ ਸਾਡੀ ਸਾਰੀ ਸਾਨਾ ਇਸ ਟਾਈਮ ਸੈਨਾ ਹੈ ਜਿਹੜਾ ਸਾਡੇ ਸੱਠ ਵੈਰੀਅਸ ਨੇ, ਇਹ ਸਾਡੀ ਸੈਨਾ ਆ। ਸਾਨੂੰ ਇਹਨਾਂ ਦੀ ਵੀ ਦੁਆ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਜਿਹੜੀ ਸਿਹਤ ਹੈਗੀ ਹੈਲਥ ਆ ਸਵਸਥ ਰਹੇ, ਕਿਉਂਕਿ ਜੇ ਇਹਨੇ ਸਵਸਥ ਰਹਿਣਗੇ ਤਾਂ ਸਾਡਾ ਸ਼ਹਿਰ ਨੂੰ ਸਵਸਥ ਰੱਖਣ ਦਾ ਬਹੁਤ ਵੱਡਾ ਪਾਰਟ ਪਲੇ ਹੋਏ। ਜੀ ਸਰ, ਜੇ ਗੱਲ ਕਰੀਏ ਤੁਹਾਡੇ ਏਰੀਆ ਦੇ ਵਿੱਚ ਕਿੰਨੀਆਂ ਵੋਟਾਂ ਨੇ, ਜੇ ਅਸੀਂ ਇੱਕ ਐਵਰੇਜ ਗੱਲ ਕਰਦੇ ਕਿ ਕਿੰਨੇ ਕੁ ਘਰ ਤੁਹਾਡੇ ਏਰੀਆ ਦੇ ਵਿੱਚ ਪੈਂਦੇ ਨੇ? ਸਰ ਮੇਰੇ ਵਾਰਡ ਦੇ ਵਿੱਚ ਮੇਰੇ ਖਿਆਲ ਨਾਲ 2500 ਦੇ ਕਰੀਬ ਘਰ ਹੈਗਾ ਜੀ। ਠੀਕ ਹੈ ਜੀ, ਉਹਨਾਂ ਵਿੱਚੋਂ ਕਿੰਨਾ ਕੁ ਏਰੀਆ ਜਿਹੜਾ ਸਲੰਮ ਏਰੀਆ ਮੰਨਿਆ ਜਾਂਦਾ? ਦੇਖੋ ਸਰ, ਸਲੰਮ ਏਰੀਆ ਮੈਂ ਆਪਣੇ ਆਫਿਸ ਬੈਠਾ, ਮੈਂ ਡਿਊਟੀ 12-14 ਘੰਟੇ ਡਿਊਟੀ ਦੇ ਰਿਹਾ ਜੀ। ਮੇਰੇ ਕੋਈ ਵੀ ਜ਼ਰੂਰਤਮੰਦ ਪਰਿਵਾਰ ਆ ਰਹੇ, ਅਸੀਂ ਜ਼ਰੂਰਤਮੰਦ ਪਰਿਵਾਰ ਉਹਨੂੰ ਸਮਝਦੇ ਹਾਂ। ਇੱਕ ਤਾਂ ਜੇ ਕਿਸੇ ਕੋਲ ਪੈਸੇ ਹੈਗੇ ਆ ਉਹਨੂੰ ਸਮਾਨ ਨਹੀਂ ਮਿਲ ਸਕਦਾ, ਉਹ ਸਾਨੂੰ ਕੋਲ ਕਰਿਆ ਕਿ ਸਾਨੂੰ ਸਮਾਨ ਨਹੀਂ ਮਿਲ ਰਿਹਾ, ਅਸੀਂ ਉਹਨੂੰ ਸਮਾਨ ਦੀ ਲੈਣ ਦੇ ਵਿੱਚ ਸਹਾਇਤਾ ਕਰਾਂਗੇ, ਕਿਉਂਕਿ ਪੈਸੇ ਹੈਗੇ ਉਹਨੂੰ ਸਮਾਨ ਨਹੀਂ ਮਿਲਦਾ ਪਿਆ। ਇੱਕ ਹੈਗਾ ਕਿ ਉਹਦੇ ਕੋਲ ਰਾਸ਼ਨ ਹੈਗਾ ਜਾਂ ਕੁਛ ਹੋਰ ਚੀਜ਼ ਅਗਰ ਨਹੀਂ ਹੈਗੇ ਉਹ ਸਾਨੂੰ ਦੱਸੇ, ਅਸੀਂ ਉਹ ਪ੍ਰੋਵਾਈਡ ਕਰਾਵਾਂਗੇ। ਇੱਕ ਪਰਿਵਾਰ ਇਹੋ ਜਿਹਾ ਜਿਹਦੇ ਕੋਲ ਕੁਛ ਵੀ ਹੈ ਨਹੀਂ ਖਾਣ ਨੂੰ ਜੀ, ਉਹਦੇ ਕੋਲ ਨਾ ਪੈਸਾ ਤੇ ਨਾ ਰਾਸ਼ਨ, ਉਹਦੇ ਵਾਸਤੇ ਵੀ ਅਸੀਂ ਪਿਓਰਟੀ ਦੇ ਦਰਦੇ ਉਹਨੂੰ ਰਾਸ਼ਨ ਪਹੁੰਚਾ ਰਹੇ ਹਾਂ। ਸਰਕਾਰ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਘਰ ਘਰ ਦੇ ਵਿੱਚ ਰਾਸ਼ਨ ਦਿੱਤਾ ਜਾ ਰਿਹਾ, ਕਿ ਜਿਹੜੇ BPL ਕਾਰਡ, ਜਿਹੜੇ ਬਿਲੋ ਪਾਵਰਟੀ ਲਾਈਨ ਜਿਹੜੇ ਕਾਰਡ ਬਣੇ ਹੋਏ ਨੇ, ਕੀ ਇਹਨਾਂ ਕਾਰਡਸ ਤੋਂ ਇਲਾਵਾ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਤੱਕ ਕਦੀ ਪਹੁੰਚ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ? ਸਰ ਬਿਲਕੁਲ ਕੀਤੀ ਗਈ ਹੈ ਪਹੁੰਚ, ਕਿਉਂਕਿ ਖਾਲੀ BPL ਕਾਰਡਸ ਨਹੀਂ, ਹੋਲਡਰ ਨੂੰ ਵੀ ਸਮਾਨ ਮਿਲਦਾ ਪਿਆ। BPL ਕਾਰਡ ਜਿਹੜੇ ਸਾਡੀ ਪੰਜਾਬ ਸਰਕਾਰ ਨੇ ਸਕੀਮ ਦਿੱਤੀ ਹੈ ਕਿ ਵੀਟ ਔਰ ਦਾਲ ਪਰ ਮੈਂਬਰ 15 ਕਿਲੋ ਔਰ ਪਰ ਕਾਰਡ ਹੋਲਡਰ ਨੂੰ 3 ਕਿਲੋ ਦਾਲ ਦਿੱਤੀ ਜਾ ਰਹੀ ਹੈ, ਔਰ ਮਿਲ ਵੀ ਰਹੀ ਹੈ ਉਸ ਦਵਾ ਵੀ ਰਹੇ ਹਾਂ। ਔਰ ਜਿਹੜਾ ਅਦਰ ਪਰਸਨ, ਉਸ ਤੋਂ ਇਲਾਵਾ BPL ਕਾਰਡ ਤੋਂ ਅਦਰ ਪਰਸਨ ਵੀ ਹੈਗਾ, ਉਹ ਸਾਡੇ ਤੱਕ ਰਾਬਤਾ ਕਰਦਾ ਹੈ ਅਤੇ ਅਸੀਂ ਉਹਦੀ ਪੂਰੀ ਹੈਲਪ ਕਰਦੇ। ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਰਾਸ਼ਨ ਆ, ਜਿਹੜਾ ਸੁੱਕਾ ਰਾਸ਼ਨ ਹੈ ਸਰਕਾਰ ਵੱਲੋਂ ਜਿਹੜਾ ਆ ਰਿਹਾ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤੁਹਾਡੇ ਏਰੀਆ ਦੇ ਵਿੱਚ ਕਿੰਨੀ ਕੁ ਕਿੰਨਾ ਕੁ ਰਾਸ਼ਨ ਦਾ ਜਿਹੜਾ ਵਿਤਰਣ ਹੈ ਸਰਕਾਰ ਵੱਲੋਂ ਜਿਹੜਾ ਆਇਆ ਸੀ ਜਿਹੜਾ ਕਰ ਦਿੱਤਾ ਗਿਆ? ਸਰ ਅਸੀਂ ਸੈਲਫ ਵੀ 1000-1100 ਕਿੱਟ ਦੇ ਚੁੱਕੇ, ਉਹ ਸਾਡੇ MLA ਸਾਹਿਬ ਵੱਲੋਂ ਵੀ ਸਾਨੂੰ 3-4 ਸਪੋਂਸਰ ਤੱਕ ਆ ਚੁੱਕਾ ਹੈ। ਠੀਕ ਹੈ, ਫਿਲਹਾਲ ਤੁਹਾਡਾ ਰਾਸਤਾ ਹੈ ਆਪਣੇ ਅਪਰ ਲਾਈਨ ਜਿਹੜੇ ਤੁਹਾਡੇ MLA ਸਾਹਿਬ ਨੇ, ਸਾਡੇ MLA ਸਾਹਿਬ ਬਹੁਤ ਮਿਹਨਤ ਕਰ ਰਹੇ ਨੇ, ਔਰ ਉਹਨਾਂ ਨੂੰ ਆਪਣੇ ਇੱਕ ਇੱਕ ਵਾਰਡ ਦੀ ਚਿੰਤਾ ਹੈ। ਉਹਨਾਂ ਦੇ ਸਾਨੂੰ ਇੱਕ ਗਾਈਡਲਾਈਨ ਹੈਗੀ ਆ ਕਿ ਤੁਹਾਡੇ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ ਗਈ ਮੈਨੂੰ ਉਸੇ ਟਾਈਮ ਫੋਨ ਕਰੋ, ਉਹ ਸਾਡਾ ਇੱਕ ਕੋਲ ਇੱਕ ਬੈਲ 'ਤੇ ਉਠਾਉਂਦੇ ਨੇ, ਔਰ ਸਾਡੀ ਜਿਹੜੀ ਪ੍ਰੋਬਲਮ ਅਸੀਂ ਆਪਣੇ MLA ਸਾਹਿਬ ਨੂੰ ਦੱਸਦੇ ਹਾਂ, ਉਹ ਸਾਡੀ ਉਹਨੂੰ ਚੀਜ਼ ਨੂੰ ਸਮੱਸਿਆ ਨੂੰ ਦੂਰ ਕਰ ਦਿੰਦੇ। ਤੁਹਾਡੇ ਏਰੀਆ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿੰਨੀ ਆ ਕਿ ਜਿਹੜੀ ਸਖਤੀ ਆ ਉਹ ਕੀਤੀ ਗਈ ਆ, ਕਿਉਂਕਿ ਤੁਹਾਡਾ ਏਰੀਆ ਦੇ ਵਿੱਚ ਜਦੋਂ ਤੁਹਾਡੀ ਗੱਲ ਕੀਤੀ ਜਾਵੇ ਕਿ ਜਦੋਂ ਰਿਪੋਰਟ ਲੈਣ ਲਈ ਤੁਹਾਡੇ ਕੋਲ ਆਏ ਸੀ ਤੁਹਾਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ, ਕਿੰਨੀ ਸਖਤੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਤੁਹਾਡੇ ਏਰੀਆ ਦੇ ਵਿੱਚ ਕੀਤੀ ਗਈ ਸੀ? ਸਖਤੀ ਤਾਂ ਪੂਰੀ ਹੈ ਜੀ, ਬਾਕੀ ਪ੍ਰਸ਼ਾਸਨ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਕਿ ਪ੍ਰਸ਼ਾਸਨ ਦੀ ਇਕੱਲੀ ਸਖਤੀ ਨਾਲ ਸਾਰਾ ਕੁਛ ਨਹੀਂ ਹੁੰਦਾ ਜਦ ਤੱਕ ਅਸੀਂ ਪਬਲਿਕ ਆਪ ਨਹੀਂ ਅਵੇਅਰ ਹੋਣ ਜੀ। ਪ੍ਰਸ਼ਾਸਨ ਇੱਕ ਸਖਤੀ ਕਰਦਾ ਕਿ ਤੁਹਾਡੀ ਸਿਹਤ ਵਾਸਤੇ ਕਿ ਤੁਸੀਂ ਬਾਹਰ ਨਾ ਆਓ, ਅਸੀਂ ਜੇ ਉਸ ਚੀਜ਼ ਨੂੰ ਮਜ਼ਾਕ ਬਣਾਵਾਂਗੇ ਤਾਂ ਅਸੀਂ ਆਪਣੇ ਵਾਸਤੇ ਮਜ਼ਾਕ ਬਣਾਵਾਂਗੇ। ਅਸੀਂ ਇਸ ਲਈ ਮੈਂ ਇੱਕ ਫਿਰ ਰਿਕੁਐਸਟ ਕਰਦਾ ਹਾਂ ਵਾਰ ਵਾਰ ਆਪਣੇ ਪਰਿਵਾਰਾਂ ਨੂੰ ਕਿ ਅਸੀਂ ਪ੍ਰਸ਼ਾਸਨ ਦਾ ਇੱਕ ਉਹਨਾਂ ਦਾ ਸਨਮਾਨ ਕਰੀਏ, ਉਹਨਾਂ ਦੀ ਗੱਲ ਨੂੰ ਪੁਰਜ਼ੋਰ ਨਿਭਾਈਏ। ਉਹ ਕਿਹਦੇ ਵਾਸਤੇ? ਉਹਨਾਂ ਵਾਸਤੇ ਨਿਭਾਉਣਾ ਸੀ, ਆਪਣੇ ਵਾਸਤੇ ਨਿਭਾਉਣਾ ਜੀ। ਇੱਕ ਬਹੁਤ ਅੱਛੀ ਗੱਲ ਹੈ, ਬਹੁਤ ਅੱਛਾ ਮੈਸੇਜ ਦਿੱਤਾ ਗਿਆ ਕਿ ਜਿਹੜੀ ਆਮ ਲੋਕਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ, ਕਿਉਂਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾ ਰਿਹਾ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਨੇ, ਪਰ ਜਿਹੜੀ ਲੋਕਾਂ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਹੈ ਉਹ ਹੈ ਕਿ ਆਪਣੇ ਆਪ ਨੂੰ ਸੇਫ ਰੱਖੋ, ਆਪਣੇ ਬੱਚਿਆਂ ਨੂੰ, ਆਪਣੇ ਘਰਦਿਆਂ ਨੂੰ ਸੇਫ ਰੱਖੋ, ਉਸ ਚੀਜ਼ ਨੂੰ ਜ਼ਰੂਰ ਯਕੀਨੀ ਬਣਾਓ, ਪ੍ਰਸ਼ਾਸਨ ਦੀਆਂ ਜਿਹੜੀਆਂ ਹਿਦਾਇਤਾਂ ਨੇ ਉਹਨੂੰ ਜ਼ਰੂਰ ਮੰਨੋ। ਸਰ ਜਾਂਦੇ ਜਾਂਦੇ ਪੰਜਾਬ ਨਿਊਜ਼ ਚੈਨਲ ਦੇ ਵਿਊਵਰਸ ਲਈ ਅਤੇ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਲਈ ਕੀ ਸੰਦੇਸ਼ ਹੈ ਤੁਹਾਡੇ ਵੱਲੋਂ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਪਰਿਵਾਰ ਦੇ ਨਾਲ ਰੂਬਰੂ ਹੋਣ ਦਾ, ਕਿਉਂਕਿ ਤੁਸੀਂ ਇੱਕ ਇਹੋ ਜਿਹਾ ਮਾਧਿਅਮ ਹੋ ਜਿਹੜੀ ਸਾਡੀ ਆਵਾਜ਼ ਪਹੁੰਚਾ ਸਕਦੇ ਹੋ। ਔਰ ਮੈਂ ਇਸ ਚੈਨਲ ਦੇ ਮਾਧਿਅਮ 'ਤੇ ਇੱਕ ਵਾਰ ਫਿਰ ਅਪੀਲ ਕਰਾਂਗਾ ਆਪਣੇ ਪਰਿਵਾਰ ਨੂੰ, ਆਪਣੇ ਲਾਗੇ ਦੇ ਨੇੜੇ ਦੂਰ ਤੋਂ ਪਰਿਵਾਰਾਂ ਨੂੰ ਕਿ ਆਪਣੇ ਘਰ ਦੇ ਵਿੱਚ ਰਹੋ, ਜੇ ਕੋਈ ਜ਼ਰੂਰਤ ਪੈਂਦੀ ਹੈ
ਤਾਂ ਹੀ ਬਾਹਰ ਨਿਕਲੋ। ਉਹ ਵੀ ਜੇ ਪ੍ਰਸ਼ਾਸਨ ਤੁਹਾਡੇ ਵਾਸਤੇ ਬੈਠਾ ਹੈ, ਤੁਹਾਨੂੰ ਫੋਨ ਨੰਬਰ ਅਵੇਲੇਬਿਲਟੀ ਹੈਗੀ ਹੈ। ਔਰ ਮੈਂ ਆਪਣੇ ਵਾਰਡ ਦੀ ਗੱਲ ਕਰਾਂ, ਮੈਂ ਆਪਣੇ ਵਾਰਡ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦਾ, ਕਿਸੇ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ, ਮੇਰਾ ਫੋਨ ਨੰਬਰ ਇੱਕ ਹੀ ਘਰ ਦੇ ਕੋਲ ਹੈਗਾ, ਮੈਨੂੰ ਅੱਧੀ ਰਾਤ ਨੂੰ ਕੋਲ ਕਰੋ, ਜਦੋਂ ਮਰਜ਼ੀ ਕੋਲ ਕਰੋ, ਮੈਂ ਤੁਹਾਡੇ ਕੋਲ ਅਵੇਲੇਬਲ ਹਾਂ। ਤੁਸੀਂ, ਮੈਂ ਇੱਕ ਬੇਨਤੀ ਕਰਾਂ, ਤੁਸੀਂ ਆਪਣੇ ਘਰ ਦੇ ਵਿੱਚੋਂ ਬਾਹਰ ਨਾ ਆਓ, ਕਿਉਂਕਿ ਤੁਹਾਡੀ ਸਿਹਤ ਦੀ ਮੇਰੀ ਸਿਹਤ ਹੈਗੀ। ਸ਼ੁਕਰੀਆ ਜੀ। ਕੋਈ ਹੈਲਪਲਾਈਨ ਨੰਬਰ ਜਿਹੜਾ ਤੁਹਾਡੇ ਵਾਰਡ ਲਈ ਕੋਈ ਦੇਣਾ ਚਾਹੋਗੇ ਜਾਂ ਕੋਈ ਦਿੱਤਾ ਗਿਆ ਲੋਕਾਂ ਨੂੰ? ਮੇਰਾ 9814445585 ਨੰਬਰ, ਇਹ 24 ਘੰਟੇ ਚੱਲਦਾ। ਠੀਕ ਹੈ ਜੀ। ਵਿੱਕੀ ਕਾਲੀਆ ਜੀ ਵੱਲੋਂ ਆਪਣਾ ਜਿਹੜਾ ਇੱਕ ਹੈਲਪਲਾਈਨ ਨੰਬਰ ਜਿਹੜਾ ਉਹਨਾਂ ਦਾ ਪਰਸਨਲ ਨੰਬਰ ਹੈ ਉਹ ਵੀ ਦੇ ਦਿੱਤਾ ਗਿਆ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲਈ। ਇਹ ਬਹੁਤ ਅੱਛੀ ਗੱਲ ਹੈ ਕਿ ਉਹ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਆਪਣਾ ਪਰਸਨਲ ਨੰਬਰ ਜਿਹੜਾ ਲੋਕਾਂ ਨੂੰ ਦੇ ਰਹੇ ਨੇ। ਜੇ ਕਿਸੇ ਮੇਰੇ ਵੀਰ ਭੈਣ ਨੂੰ ਵਾਰਡ ਨੰਬਰ 64 ਦੇ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਡਾਇਰੈਕਟਲੀ ਆਪਣੇ ਕੌਂਸਲਰ ਸਾਹਿਬ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਮਿਲ ਸਕਦੇ ਨੇ। ਪੰਜਾਬ ਨਿਊਜ਼ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਬੈਲ ਆਈਕਨ ਜ਼ਰੂਰ ਜਿਹੜਾ ਸਬਸਕ੍ਰਾਈਬ ਕਰ ਦਿਓ, ਸਾਡਾ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਨਵੀਆਂ ਨਵੀਆਂ ਜਿਹੜੀਆਂ ਵੀ ਸਾਡੇ ਕੋਲ ਨਿਊਜ਼ ਆਉਂਦੀਆਂ ਨੇ ਤੁਹਾਡੇ ਫੋਨ ਦੇ ਉੱਤੇ ਉਸੇ ਵੇਲੇ ਆ ਜਾਣ। ਕੈਮਰਾਮੈਨ ਅਜੇ ਦੇ ਨਾਲ ਕਿਸੇ ਵੀ ਸਟੇਟ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਕਿਸੇ ਨੂੰ ਲੱਗਦਾ ਕਿ ਸੈਨੇਟਾਈਜ਼ਰ ਨਹੀਂ ਹੋਇਆ, ਮੈਨੂੰ ਇੱਕ ਕਾਲ ਕਰਨ, ਅੱਧੇ ਘੰਟੇ 'ਚ ਮੇਰੇ ਸਾਥੀ ਜਾਣਗੇ ਉੱਥੇ ਸੈਨੇਟਾਈਜ਼ ਕਰਕੇ ਆਉਣਗੇ। ਉਹ ਕਰ ਵੀ ਰਹੇ ਨੇ, ਭਾਡੇ 2-3 ਏਰੀਏ ਮੇਰੇ ਭਾਡੇ ਸੈਨੇਟਾਈਜ਼ ਹੋ ਰਹੇ ਨੇ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੋਵੇ ਮੈਨੂੰ ਟੱਚ ਕਰੇ, ਮੈਂ ਅੱਜ ਤੱਕ ਆਪਣੀ ਰਾਬਤਾ ਚਾਹਾਂਗਾ। ਬਹੁਤ ਅੱਛੀ ਗੱਲ ਹੈ ਜੀ। ਜੇ ਕਿਸੇ ਨੂੰ ਸੈਨੇਟਾਈਜ਼ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਕੁਛ ਜਲੰਧਰ ਦੇ ਏਰੀਆ ਦੇ ਵਿੱਚ ਕੇਸ ਦੇਖਣ ਨੂੰ ਮਿਲੇ ਸੀਗੇ ਕਿ ਗਲੀਆਂ ਦੇ ਵਿੱਚ ਲੋਕ ਜਿਹੜੇ ਨੇ ਉਹ ਥੁੱਕ ਗਏ ਨੇ ਜਾਂ ਪਾਨ ਥੁੱਕ ਕੇ ਗਏ ਨੇ। ਜੇ ਕੋਈ ਇੱਦਾਂ ਦੀ ਵਾਰਦਾਤ ਹੁੰਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਏਰੀਆ ਸੈਨੇਟਾਈਜ਼ ਨਹੀਂ ਹੋਇਆ ਤਾਂ ਤੁਸੀਂ 64 ਨੰਬਰ ਜਿਹੜਾ ਵਾਰਡ ਹੈ ਵਿੱਕੀ ਕਾਲੀਆ ਜੀ ਕੌਂਸਲਰ ਨੇ ਉਹਨਾਂ ਨੇ ਨੰਬਰ ਆਪਣਾ ਜਾਰੀ ਕਰ ਦਿੱਤਾ ਗਿਆ ਹੈ, ਤੁਸੀਂ ਉਹਦੇ ਉੱਤੇ ਕਾਲ ਕਰ ਸਕਦੇ ਹੋ। ਵਿੱਕੀ ਕਾਲੀਆ ਜੀ, ਪੰਜਾਬ ਨਿਊਜ਼ ਚੈਨਲ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਪੰਜਾਬ ਨਿਊਜ਼ ਚੈਨਲ ਦੇ ਸਾਰੇ ਵਿਊਵਰਸ ਨੂੰ ਬਹੁਤ ਬਹੁਤ ਸ਼ੁਕਰੀਆ। ਕੈਮਰਾਮੈਨ ਅਜੇ ਦੇ ਨਾਲ ਰਿਪੋਰਟਰ ਤਰਨਪਾਲ ਸਿੰਘ, ਪੰਜਾਬ ਨਿਊਜ਼ ਚੈਨਲ ਜਲੰਧਰ।